गुरद्वारा साहब विच संगत दे रुकण लई पूरा इंतजाम किया होया है। इत्थे कमरे ते हाल मिल ही जांदे हन, जिन्नी मर्जी संगत आ जावे कमरियां दी कोई कमी नहीं, बड़े बड़े हाल बने हुए हन। हाँ पका ले, एक कोई खोल के ले गया है, एक खोल के ले गया है, तुम पहले ही आ दिया। नूर एक खस घंट खड़ता है इस उपर के पानी में पकाने लिए गुठियां मिल जाती हैं, कपड़े में लपेटी हुई धागा बनया होता है, छोले और चौल बिच होंगे हैं, 20 रुपए की मिल जाती है, लोग प्रसाद वजों लेके जाते हैं अपने हाथों में पका के इस उबलते हुए पानी में। नूर नूर पका ले चावल पक्के होंगे हले, चावल ले लेंगे छोले हैं, हट पास माड़े हैं देखियो नाथ जी के दर्शन करा लिए। हर हर महादेव। जय शिव शंकर भोलेनाथ।
ਹੈਗਾ ਪਾਰਵਤੀ ਰੀਵਰ ਦੀ ਇੰਨੀ ਜ਼ਿਆਦਾ ਆਵਾਜ਼ ਆ ਰਹੀ ਹੈ ਨਾ ਵੀ ਬਸ ਬਹੁਤ ਜ਼ਿਆਦਾ ਘੰਟੇ ਮਾਰ ਮੰਨਦਾ ਮੰਦਰ ਦੀ ਬੈਕ ਸਾਈਡ ਤੋਂ ਗੁਰਦੁਆਰਾ ਸਾਹਿਬ ਦਾ ਵਿਊ ਗੁਰਦੁਆਰਾ ਸਾਹਿਬ ਦੇ ਉੱਪਰ ਉਹ ਚਾਲੇ ਦੇ ਛਾਵਾਂ 'ਚ ਝੰਡੀਆਂ ਲਾਈਆਂ ਹੋਈਆਂ ਨੇ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਨੇ ਬਹੁਤ ਪਾਣੀ ਦੇਖੋ ਦਰਿਆ ਦਾ ਮੈਂ ਹਿਮਾਚਲ 'ਚ ਉੱਤਰਾਖੰਡ 'ਚ ਬਹੁਤ ਜਗ੍ਹਾਵਾਂ ਦੇਖੀਆਂ ਬਹੁਤ ਜਗ੍ਹਾ ਘੁੰਮਿਆ ਪਰ ਜੋ ਆਨੰਦ ਇੱਥੇ ਆ ਕੇ ਮਨੀਕਰਨ ਸਾਹਿਬ ਆ ਕੇ ਆਉਂਦਾ ਨਾ ਬਸ ਬਹੁਤ ਮਨ ਖੁਸ਼ ਹੋ ਜਾਂਦਾ ਮਹਾਰਾਜ ਇਤਿਹਾਸ ਲਿਖਿਆ ਹੋਇਆ ਇਸ ਜਗ੍ਹਾ ਦਾ ਹੋ ਗਏ ਹੁਣੇ ਮਾਂ ਹੋ ਗਏ ਹੁਣੇ ਬਣ ਗਏ ਹੁਣੇ ਬਹੁਤ ਟਾਈਮ ਹੋ ਗਿਆ ਆਜੋ 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 ਚੌਲਾਂ ਦੀਆਂ ਅਤੇ ਕਾਲੇ ਛੋਲੇ ਦੀਆਂ ਪੋਟਲੀਆਂ ਬਣਾਈਆਂ ਹੋਈਆਂ ਨੇ ਆਪਦੇ ਧਾਗੇ ਜੇ ਬੰਨੇ ਹੋਏ ਉੱਤੇ ਇਹ ਮਨੀਕਰਨ ਸਾਹਿਬ ਦੀ ਮਾਰਕੀਟ ਜੀ ਬਣੀ ਹੋਈ ਆ ਦੁਕਾਨਾਂ ਆਈਆਂ ਨੇ ਉਰੇ ਪਰ ਸਮਾਨ ਇੱਥੇ ਆਮ ਜਗ੍ਹਾਵਾਂ ਨਾਲੋਂ ਪੰਜ ਚਾਰ ਗੁਣਾ ਮਹਿੰਗਾ ਹੀ ਹੈ ਜੀ ਦਸ ਵਾਲੀ ਚੀਜ਼ ਜਾਣੀ 40 ਰੁਪਏ ਦੀ ਮਿਲਦੀ ਹੈ ਇੱਥੇ ਜਾਣੀ ਇਹ ਹਿਸਾਬ ਕਿਤਾਬ ਆ ਜੀ ਫਿਰ ਵੀ ਚਲੋ ਵਾਲਾ ਨਿਸ਼ਾਨੀ ਵਜੋਂ ਲੈ ਜਾਂਦਾ ਕੋਈ ਨਾ ਕੋਈ ਐਟਮ ਚਲੋ ਆਓ ਚਲੋ ਪ੍ਰੋਟੈਕਸ਼ਨ ਮੰਤਰ ਲੈਣੀ ਨਾ ਐਟਮ ਇਹੀ ਵੈਸੇ ਹੀ ਡੈਕੋਰੇਸ਼ਨ ਜਿੰਦੀ ਆ ਬਸ ਡੈਕੋਰੇਸ਼ਨ ਵਾਲੀ ਐਟਮ ਆ ਕੋਲ ਕਿਹੜਾ ਰੇਟ ਤਾਂ 4-5 ਗੁਣਾ ਤੇਜ਼ ਨੇ ਇਹਦੇ ਉੱਧਰ ਨਾਲੋਂ ਮੇਰਾ ਮਾਤ ਪਿਤਾ ਵਾਲਾ ਗੋਲ ਸਤਿਗੁਰ ਪੂਰਾ ਮੇਰਾ ਮਾਤ ਪਿਤਾ ਵਾਲਾ ਗੋਲ ਸਤਿਗੁਰ ਪੂਰਾ ਮਿਲ ਜਲ ਮਿਲਦਾ ਵਿਦ ਸਹਿਜੀਓ ਗਰਮ ਗੁਫਾ ਬਣੀ ਹੋਈ ਹੈ ਜੀ ਇੱਧਰ ਆਜੋ ਹਾਂ
इधर सरोवर है, गर्म पानी वाला सरोवर है। इधर जाके अपना गर्म गुफा है। ये गर्म गुफा की मानता है भी इत्थे जिहड़े अंदर पत्थर ने उन्हां चों बहुत ज़्यादा सेक निकलदा। इत्थे बैठन नाल कुछ देर जा इन्हां नाल लग के पैण नाल जिहड़े अपने बीमारियां जिवें जोड़ां दे दर्द, ढूही दर्द, गोडे दर्द वगैरह इत्थे सैट हो जांदे ने। जो पत्थर ने आह पूरा सेक मारते ने, हाथ नहीं लगता इन्ने गर्म ने। लोग धार्मिक जगह पर आके भी डिगते, इतने भी देख लो कंधा से अपने नाम गगन फलाना टंका की लिखा हुआ है, की यूजू लिख के धार्मिक जगह पर आके भी डिगते। इधर वापसी आ जगह तो पूरा सेक मारता है, गर्म ऐन पूरा धुआं निकल रहा है। बाबा जी बैठे ने भगती कर रहे हैं, हाँ एक बोधी बहुत आते हैं उरे बुद्ध धर्म वाले। ये भी अंदर गुफा च जाके पै जाते ने, शरीर नूं कहिंदे गर्म, उहदे नाल बहुत फर्क बीमारियां बमूरियां दूर होंदियां ने। आ गर्म पानी है, पूरा रिज दा पानी गर्म, विच ठंडा पानी मिक्स करके नहाउणा पैंदा। यानी आयो पंजाब आने वाली बसों के टाइम टेबल दिते हुए उपर। ठंडा पानी निकलता एक जो जगह से पूरा पानी उबलता पाया। आओ देखे मैं सेक है, पूरा गर्म पानी है, इधर ठंडा पानी है, देख ला उधर पूरा सेक मार रहा पानी। मंदिर की बैक साइड है, हाँ मंदिर की बैक साइड।
ਜਿਹੜਾ ਅੰਦਰ ਉੱਪਰ ਦਾ ਪਾਣੀ ਮੰਦਰ ਦੇ ਉਹ ਸਾਈਡ ਆ ਗਈ ਉਹ ਫੋਟੋਗ੍ਰਾਫੀ ਹੋ ਰਹੀ ਆ ਤਸਵੀਰਕਾਰੀ ਉਹਦੇ ਆ ਕੇ ਤਾਂ ਬਹੁਤ ਜ਼ਿਆਦੇ ਦੇਖ ਨਹੀਂ ਸਕਦਾ ਇਹਦੇ ਕਹਿੰਦੀ 10 ਸਕਿੰਟ ਬੰਦਾ ਉਹ ਜਗ੍ਹਾ ਤੋਂ ਤਾਂ ਇਹੋ ਜਿਹਾ ਪਾਣੀ ਹੈ ਨਾ ਉਹ ਇਹਦੇ ਵੱਲ 10 ਸਕਿੰਟ ਬੰਦਾ ਦੇਖ ਨਹੀਂ ਸਕਦਾ ਉਹ ਪਾਰਕਿੰਗ ਬਣੀ ਹੋਈ ਆ ਆਹ ਝੰਡੀਆਂ ਨਾਲ ਕਿੰਨੀ ਵਧੀਆ ਸਜਾਵਟ ਕਰੀ ਹੋਈ ਆ ਉੱਥੇ ਪਹਾੜਾਂ ਦਾ ਦ੍ਰਿਸ਼ ਇੱਥੇ ਲੰਗਰ ਦੇ ਵਿੱਚ ਜ਼ਿਆਦਾਤਰ ਖਿਚੜੀ ਚਾਵਲ ਜਾਂ ਆਪਣਾ ਦਾਲ ਵਗੈਰਾ ਹੀ ਚੱਲਦੀ ਹੈ ਕਿਉਂਕਿ ਇਹਨੇ ਪਕਾਉਣਾ ਨਾ ਜਿਹੜਾ ਸੌਖਾ ਹੁੰਦਾ ਥੋੜ੍ਹਾ ਜਿਹਾ ਜਿਵੇਂ ਉੱਬਲਦਾ ਪਾਣੀ ਹੈ ਉਹਦੇ ਵਿੱਚ ਸੌਖੀ ਬਣ ਜਾਂਦੀ ਹੈ ਰੋਟੀਆਂ ਵਗੈਰਾ ਔਖੀਆਂ ਬਣਦੀਆਂ ਯਾਨੀ ਕਿ ਰੋਟੀ ਵੀ ਚੱਲਦੀ ਹੈ ਪਰ ਘੱਟ ਚੱਲਦੀ ਹੈ ਜ਼ਿਆਦਾਤਰ ਯਾਨੀ ਖਿਚੜੀ ਜਾਂ ਚਾਵਲ ਹੀ ਚੱਲਦੇ ਨੇ ਅੱਜ ਆਪਾਂ ਦੂਜੇ ਦਿਨ ਮਨੀਕਰਨ ਤੋਂ ਚੱਲ ਪਏ ਆਪਾਂ ਚੱਲ ਪਏ ਇੱਥੋਂ 11 ਕੁ ਵਜੇ ਆਪਾਂ ਹੁਣ ਆਪਾਂ ਮਨੀਕਰਨ ਤੋਂ ਜਾਵਾਂਗੇ ਮਨਾਲੀ ਆਪਾਂ ਨੂੰ ਮਨਾਲੀ ਜਾਣ ਲਈ ਇੱਥੋਂ ਮਨੀਕਰਨ ਤੋਂ ਪਹਿਲਾਂ ਜਾਣਾ ਪਊਗਾ ਭੁੰਤਰ ਤੋਂ ਹੋਰ ਅੱਗੇ ਰਸਤਾ ਕੱਟਦਾ ਇੱਕ ਫਿਰ ਉਹ ਆਪਾਂ ਲੈ ਕੇ ਜਾਊਗਾ ਆਪਾਂ ਨੂੰ ਮਨਾਲੀ ਮਨੀਕਰਨ ਤੋਂ ਭੁੰਤਰ ਜਾਂਦੇ ਹੋਏ ਰਸਤੇ ਵਿੱਚ ਕਸੌਲ ਵੀ ਪੈਂਦਾ ਇਹ ਵੀ ਬਹੁਤ ਘੁੰਮਣ ਫਿਰਨ ਵਾਲੀ ਵਧੀਆ ਜਗ੍ਹਾ ਬਣੀ ਹੋਈ ਹੈ ਯਾਨੀ ਅੰਗਰੇਜ਼ ਵੀ ਰਹਿੰਦੇ ਨੇ ਇੱਥੇ ਕਹਿੰਦੇ ਇੱਥੇ ਗਾਂਜਾ ਗੁੰਜਾ ਪੀਂਦੇ ਨੇ ਸਿਗਟਾਂ ਸੁਗਟਾਂ ਪੀਂਦੇ ਨੇ ਕਹਿੰਦੇ ਨੇ ਵੀ ਚੱਲਦਾ ਖੁੱਲ੍ਹਾ ਹੀ ਇੱਥੇ ਕੰਮ ਰਸਤੇ ਵਿੱਚ ਜਿੱਧਰ ਵੀ ਨਿਗਾਹ ਮਾਰ ਚਾਰੇ ਪਾਸੇ ਹੋਟਲ ਦਿਖਾਈ ਦਿੰਦੇ ਨੇ ਇਹਨਾਂ ਹੋਟਲਾਂ ਵਿੱਚ ਕਮਰਾ 700-800 ਹਜ਼ਾਰ ਤੋਂ ਸ਼ੁਰੂ ਹੋ ਕੇ 4-5 ਹਜ਼ਾਰ ਤੱਕ ਕਮਰਾ ਹੁੰਦਾ ਹੈ ਪਰ ਮਨੀਕਰਨ ਜਾ ਕੇ ਆਪਾਂ ਨੂੰ ਕੋਈ ਕਮਰੇ ਦੀ ਕੋਈ ਟੈਨਸ਼ਨ ਨਹੀਂ ਉੱਥੇ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਵਧੀਆ ਕਮਰੇ ਅਤੇ ਹਾਲ ਮਿਲ ਜਾਂਦੇ ਨੇ ਇਹ ਬਹੁਤ ਬੜੀ ਸਹੂਲਤ ਦਿੱਤੀ ਹੋਈ ਹੈ ਗੁਰਦੁਆਰਾ ਸਾਹਿਬ ਨੇ ਨਹੀਂ ਤਾਂ ਹੋਟਲਾਂ ਵਾਲੇ ਲੁੱਟ ਕੇ ਖਾ ਜਾਣ ਸੰਗਤਾਂ ਨੂੰ ਉੱਥੇ ਇੱਥੇ ਫਲ ਫਰੂਟ ਖਾਣ ਪੀਣ ਦੀਆਂ ਚੀਜ਼ਾਂ ਤਾਂ ਐਵੇਂ ਖੜ੍ਹੇ ਹੈ ਦਰਖਤ
ਆ ਨਾਸਪਾਤੀਆਂ ਲੱਗੀਆਂ ਹੋਈਆਂ ਨੇ ਆਹ ਪਤਾ ਨਹੀਂ ਕੀ ਨੇ ਦਾਣੇ ਜੇ ਬਰੀਕ ਬਰੀਕ ਜੇ ਖਾਣ ਪੀਣ ਇਹ ਚੀਜ਼ ਲੱਗਦੀ ਹੈ ਵੀ ਕੋਈ ਆਹ ਅਨਾਰ ਖੜ੍ਹਾ ਹੈ ਅਨਾਰ ਲੱਗੇ ਹੋਏ ਨੇ ਇੱਥੇ ਆਲੂ ਬੁਖਾਰੇ ਦੇਖੇ ਤੀ ਇੱਕ ਆਲੂ ਬੁਖਾਰੇ ਲੱਗੇ ਹੋਏ ਤੀ ਆਹ ਦੇਖੋ ਆਲੂ ਬੁਖਾਰੇ ਲੱਗੇ ਹੋਏ ਨੇ ਇਹ ਆਮ ਹੀ ਖੜ੍ਹੇ ਨੇ ਬਸ ਉਹ ਖੜ੍ਹੇ ਨੇ ਇੱਧਰ ਆ ਬਾਗ ਬੂਗ ਜੇ ਨੇ ਉੱਤੇ ਕਿੰਨੂਆਂ ਦੇ ਪਤਾ ਕਾਹਦੇ ਨੇ ਇਹ ਆੜੂ ਆੜੂ ਵੀ ਲੱਗਦੇ ਨੇ ਉਹ ਉੱਪਰ ਸਾਰੇ ਇਹੀ ਚੀਜ਼ਾਂ ਦਾ ਹਿਸਾਬ ਕਿਤਾਬ ਆ ਰਸਤਾ ਬਹੁਤ ਟਾਇਟ ਆ ਇੱਧਰ ਜਾ ਕੇ ਇਹ ਇੱਕ ਗੱਡੀ ਉਹ ਲੰਘਦੀ ਇੱਧਰ ਥੋੜ੍ਹੀ ਨਾਲ ਦੀ ਤਾਂ ਬਚਾ ਕੇ ਜੀ ਉਹ ਲੰਘਣਾ ਪੈਂਦਾ ਇੱਥੋਂ ਆਲੂ ਬੁਖਾਰਿਆਂ ਦੇ ਬੂਟੇ ਕਾਹ ਖੜ੍ਹੇ ਨੇ ਆ ਨੂਰ ਅਤੇ ਸੋਨਾ ਤੋੜ ਕੇ ਖਾਈ ਜਾ ਰਹੇ ਨੇ ਹਾਂ ਕਿਹੋ ਜਿਹੇ ਨੇ ਹੈਂ ਮਿੱਠੇ ਜਿਹੇ ਤੋੜੋ ਵੀ ਆ ਲਾਲ ਲਾਲ ਜਿਹੇ ਤੋੜੋ ਦੇਖ ਕੇ ਆਲੇ ਖੜ੍ਹੇ ਆ ਉਹ ਲੱਗੇ ਨੇ ਲਾਲ ਜਿਹੇ ਆਲੂ ਬੁਖਾਰੇ ਨੇ ਹੈਂ ਕਾੜੂੜੂ ਆ ਆਲੂ ਬੁਖਾਰਾ ਇਹ ਲੋਕ ਕਹਿੰਦੇ ਭਰਿਆ ਪਿਆ ਦਰਖਤ ਆ ਗਿਰੇ ਪਏ ਲੈ ਥੱਲੇ ਕੋਈ ਹਲੀ ਚਿੜੀ ਜਨੌਰ ਵੀ ਨਹੀਂ ਖਾਂਦਾ ਇਹਨੂੰ ਇੱਥੇ ਰੋਕਦੇ ਫਿਰਦੇ ਹਾਂ ਲੈ ਆਓ ਕਿਵੇਂ ਪਏ ਥੱਲੇ ਚਲੋ ਫਿਰ ਬਲੌਗ ਲੰਬਾ ਹੋ ਗਿਆ ਬਾਕੀ ਦਾ ਹਿਸਾਬ ਕਿਤਾਬ ਤੁਹਾਨੂੰ ਆਪਾਂ ਅਗਲੇ ਬਲੌਗ 'ਚ ਦੱਸਦੇ ਹਾਂ ਨਾਲੇ ਦਿਖਾਉਂਦੇ ਹਾਂ ਆਪਾਂ ਤੁਹਾਨੂੰ ਮਨਾਲੀ ਪਹੁੰਚ ਕੇ ਉੱਥੇ ਘੁੰਮਣ ਯੋਗ ਸਥਾਨ ਜਗਾਵਾਂ ਆਪਾਂ ਸਾਰਾ ਤੁਹਾਨੂੰ ਘੁੰਮਾਵਾਂਗੇ ਬਣੇ ਰਹੋ ਅਗਲੇ ਬਲੌਗ ਦੇ ਵਿੱਚ ਓਕੇ ਥੈਂਕ ਯੂ।